ਹਾਲੇਲੂਇਆ ਸਾਰਿਆਂ ਨੂੰ ਜੈ ਮਸੀਹ ਕੀ ਜੀ। ਪਰਮੇਸ਼ੁਰ ਤੁਹਾਨੂੰ ਬਹੁਤ ਬਰਕਤ ਦੇਵੇ। ਸਭ ਤੋਂ ਪਹਿਲਾਂ ਤਾਂ ਮੈਂ ਸਿੱਖ ਭਾਈਚਾਰੇ ਕੋਲੋਂ ਮਾਫ਼ੀ ਚਾਹੁੰਦਾ ਵਾਂ ਕਿ ਇਹ ਵੀਡੀਓ ਹੈ ਜਿਹੜਾ, ਇਹਦੇ ਨਾਲ ਸਿੱਖ ਭਾਈਚਾਰੇ ਦਾ ਕੋਈ ਸ਼ਬਦ ਨਹੀਂ ਮੈਂ ਬੋਲ ਰਿਹਾ ਅਤੇ ਨਾ ਹੀ ਇਸ ਵੀਡੀਓ ਦੇ ਨਾਲ ਉਹਨਾਂ ਦਾ ਕੁਝ ਦੇਣਾ ਲੈਣਾ ਹੈ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ, ਆਸ਼ਿਸ਼ ਦੇਵੇ। ਔਰ ਦੂਸਰੀ ਗੱਲ ਇਹ ਆ ਕਿ ਮੈਂ ਸ਼ਾਸਨ ਪ੍ਰਸ਼ਾਸਨ ਕੋਲੋਂ ਵੀ ਮਾਫ਼ੀ ਚਾਹੁੰਦਾ ਵਾਂ ਕਿ ਮੈਂ ਇਹਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਬੋਲ ਰਿਹਾ, ਮੈਂ ਇੱਕ ਸੱਚ ਦੱਸ ਰਿਹਾ ਵਾਂ। ਸੋ ਖੁਦਾਵੰਦ ਦੇ ਲੋਕੋ, ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਜਿਹਨੂੰ ਤੁਸੀਂ ਕਹਿੰਦੇ ਪਏ ਸੀਗੇ ਕਿ ਕੌਮ ਦੀ ਆਵਾਜ਼ ਚੁੱਕ ਰਿਹਾ ਹੈ, ਹੁਣ ਮੈਨੂੰ ਹਜ਼ਾਰਾਂ ਫੋਨ ਆ ਗਏ ਕਿ ਤੁਸੀਂ ਧਰਨੇ 'ਤੇ ਕਿੱਥੇ ਸੀਗੇ, ਕਿੱਧਰ ਗਿਆ, ਚਲੇ ਡਰ ਗਿਆ। ਮੈਂ ਆਪਣੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵਾਂ, ਮੈਂ ਡਰਪੋਕ ਨਹੀਂ ਹਾਂ, ਮੈਂ ਬੁੱਧਲ ਨਹੀਂ ਹਾਂ। ਉਸ ਦਿਨ ਹੋਇਆ ਕਿ ਕਿਸੇ ਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੋਇਆ ਹੈ। 26 ਤਰੀਕ ਨੂੰ 12 ਵਜੇ ਤੋਂ ਲੈ ਕੇ 7:30 ਵਜੇ ਤੱਕ ਮੈਂ ਥਾਣੇ ਦੇ ਵਿੱਚ ਸੀਗਾ ਅਤੇ ਹੈਰਾਨਗੀ ਦੀ ਗੱਲ ਇਹ ਆ ਕਿ ਮੈਨੂੰ ਚੁਕਵਾਉਣ ਵਾਲੇ ਜਿਹੜੇ ਲੋਕ ਨੇ ਉਹ ਸਿੱਖ ਭਾਈਚਾਰਾ ਨਹੀਂ ਹੈ, ਉਹਨਾਂ ਨੂੰ ਨਾ ਕੁਝ ਕਿਹਾ ਜਾਏ, ਉਹਨਾਂ ਪ੍ਰਤੀ ਗਲਤ ਨਾ ਵਰਤਿਆ ਜਾਏ। ਮੈਨੂੰ ਚੁਕਵਾਉਣ ਵਾਲੇ ਫਿਰੋਜ਼ਪੁਰ ਦੇ ਪਾਸਟਰ ਅਤੇ ਲੀਡਰ ਨੇ ਅਤੇ ਉਹਦੇ ਵਿੱਚ ਮੈਨੂੰ ਸਭ ਤੋਂ ਵੱਡਾ ਦੁੱਖ ਇਹ ਆ ਕਿ ਮੈਨੂੰ ਸਾਬਤ ਕਰਨਾ ਪੈ ਗਿਆ ਇੱਕ ਘੰਟੇ 'ਚ ਕਿ ਮੈਂ ਪਾਸਟਰ ਹੈ ਜਾਂ ਨਹੀਂ। ਇੱਕ ਘੰਟਾ ਲੱਗਾ ਮੈਨੂੰ ਸਾਬਤ ਕਰਨ 'ਤੇ ਕਿ ਮੈਂ ਪਾਸਟਰ ਹਾਂ ਜਾਂ ਨਹੀਂ। ਅਤੇ ਜਿਹੜੇ ਲੋਕ ਮੇਰਾ ਟੈਸਟ ਲੈ ਰਹੇ ਸੀਗੇ, ਮੈਂ ਉਹਨਾਂ ਨੂੰ ਕਹਿੰਦਾ ਵਾਂ, ਉੱਥੇ ਤਾਂ ਮਸਾਂ 20 ਕਿ 30 ਲੋਕ ਸੀਗੇ ਅਤੇ ਪੂਰੇ ਇੱਥੇ ਦੁਨੀਆਂ ਨੂੰ ਇਕੱਠਾ ਕਰੋ ਅਤੇ ਮੇਰਾ ਟੈਸਟ ਲਵੋ ਮੈਂ ਪਾਸਟਰ ਹੈ ਜਾਂ ਨਹੀਂ। ਖੁਦਾ ਦੇ ਲੋਕੋ, ਜਿਹੜੇ ਬੰਦੇ ਕੌਮ ਦੀ ਆਵਾਜ਼ ਚੁੱਕ ਰਹੇ ਨੇ, ਮਸੀਹ ਦੀ ਆਵਾਜ਼ ਚੱਕੋ, ਬਾਈਬਲ ਲਈ ਚੱਕੋ, ਕੌਮ ਲਈ ਨਾ ਚੱਕੋ। ਮੈਂ 12 ਵਜੇ ਤੋਂ ਭੁੱਖਾ ਧਰਿਆਇਆ ਥਾਣੇ 'ਚ ਬੈਠਾ ਰਿਹਾ। 26 ਤਰੀਕ ਨੂੰ ਪਾਸਟਰ ਕੋਲ ਨੇ, ਲੀਡਰ ਕੋਲ ਨੇ, ਤੁਸੀਂ ਪੁੱਛੋ ਕਿ ਪੰਜਾਬ ਦੇ ਵਿੱਚ ਮਸੀਹਾਂ ਦਾ ਗਾੜ ਹੈ ਫਿਰੋਜ਼ਪੁਰ ਦੇ ਵਿੱਚ, ਧਰਨਾ ਕਿਉਂ ਨਹੀਂ ਲੱਗਾ? ਜੈ ਡਰ ਗਿਆ ਸੀ, ਦੂਜੇ ਦਾ ਦਲੇਰ ਸੀ, ਜੈ ਲੁਕ ਗਿਆ ਸੀ, ਦੂਜੇ ਸਾਹਮਣੇ ਆਉਂਦੇ ਕਿਉਂ ਨਹੀਂ ਲੱਗਾ? ਇੱਥੋਂ ਦੇ ਪਾਸਟਰ ਸਾਹਿਬਾਨਾਂ ਨੇ, ਉਹ ਆਦਰ ਯੋਗ ਪਾਸਟਰ ਸਾਹਿਬਾਨਾਂ ਨੇ, ਲੀਡਰਾਂ ਨੇ ਉਹਨਾਂ ਨੂੰ ਕਿਹਾ ਕਿ ਪੰਜਾਬ 'ਚ ਕਿਤੇ ਨਹੀਂ ਧਰਨਾ ਲੱਗ ਰਿਹਾ, ਇਹ ਬੰਦਾ ਜਿਹੜਾ ਆਪਦੇ ਆਪ ਤੋਂ ਬਾਹਰ ਹੈ, ਭੜਕਾਊ ਭਾਸ਼ਣ ਦਿੰਦਾ ਹੈ ਤੇ ਇਹਨੇ ਮਾਹੌਲ ਖਰਾਬ ਕੀਤਾ ਪੰਜਾਬ ਦਾ, ਇਹਨੇ ਆ ਜਿਹੜਾ ਵਿਵਾਦ ਖੜੇ ਕੀਤੇ ਨੇ ਤੇ ਇਹਨੂੰ ਪੁੱਛਿਆ ਜਾਏ ਫਿਰੋਜ਼ਪੁਰ ਦਾ ਧਰਨਾ ਕੈਂਸਲ ਕੀਤਾ ਜਾਏ। ਤੇ ਮੈਂ ਸਾਰਿਆਂ ਨੂੰ ਇਹ ਕਹਿੰਦਾ ਰਿਹਾ ਵਾਂ ਕਿ ਪ੍ਰੀਟੀਕਲ ਲਾਈਨ 'ਚ ਮੇਰਾ ਲੈਵਲ ਹੈ ਜਿਹੜਾ ਜ਼ੀਰੋ ਹੈ, ਜ਼ੀਰੋ ਲੈਵਲ ਹੈ। ਤੇ ਮੈਂ ਹੁਣ ਸਾਰੇ ਮਸੀਹ ਭਾਈਚਾਰਿਆਂ ਤੋਂ ਇੱਕ ਬੇਨਤੀ ਕਰਦਾ, 8 ਘੰਟੇ ਮੈਂ ਥਾਣੇ ਦੇ ਵਿੱਚ ਬੈਠਾ ਰਿਹਾ, 8 ਘੰਟੇ 12 ਵਜੇ ਤੋਂ ਲੈ ਕੇ 7:30 ਵਜੇ ਤੱਕ ਮੈਂ ਥਾਣੇ 'ਚ ਰਿਹਾ। ਮੇਰਾ ਕਸੂਰ ਕੀ ਹੈ? ਮੇਰੀ ਇੱਕ ਸਾਲ ਦੀ ਬੇਟੀ ਘਰੇ ਰੋਂਦੀ ਰਹੀ, ਮੇਰਾ ਕਸੂਰ ਕੀ ਹੈ? ਮੇਰੇ ਬੱਚੇ ਰੋਂਦੇ ਰਹਿਣੇ, ਮੇਰਾ ਬੇਟਾ ਸਹਿਮ ਗਿਆ, ਮੇਰੀ ਵਾਈਫ ਰੋਂਦੀ ਰਹੀ, ਮੈਂ ਕੀ ਗੁਨਾਹ ਕੀਤਾ? ਤੇ ਮੈਂ ਗੁਨਾਹ ਕੀਤਾ, ਮੇਰੇ ਤੇ ਪਰਚਾ ਕੱਢੋ, ਤੇ ਮੈਂ ਕੋਈ ਕਸੂਰ ਕੀਤਾ ਸਾਬਤ ਕਰੋ। ਮੈਂ ਕਹਿੰਦਾ ਰਿਹਾ ਵਾਂ ਕਿ ਪ੍ਰਭੂ ਸੱਚਾ ਹੈ, ਪ੍ਰਭੂ ਚਮਤਕਾਰ ਕਰਦਾ ਹੈ, ਪ੍ਰਭੂ ਹੈਗਾ। ਤੇ ਇਸ ਗੱਲ ਦੇ ਲਈ ਮੈਨੂੰ ਸਬੂਤ ਦੇਣਾ ਪੈ ਗਿਆ, ਸਿੱਖ ਭਾਈਚਾਰੇ ਨੂੰ ਨਹੀਂ, ਆਪਦੇ ਲੋਕਾਂ ਨੂੰ ਸਬੂਤ ਦੇਣਾ ਪੈ ਗਿਆ। ਲੋਕਾਂ, ਮੈਂ ਸਬੂਤ ਦਿੱਤਾ, ਇੱਕ ਘੰਟਾ ਲੱਗਾ ਮੇਰਾ ਕਿ ਮੈਂ ਪਾਸਟਰ ਆਇਆ ਜਾਂ ਨਹੀਂ। ਉਹ ਖੁਦਾ ਦੇ ਲੋਕੋ, ਕਿੱਥੇ ਗਈ ਮਸੀਹਤ? ਲੀਡਰ ਚਲਾਉਣ ਕੇ ਸਾਨੂੰ ਜਿਨ੍ਹਾਂ ਦਾ ਚਰਚ ਨਾ ਦੇਣਾ ਲੈਣੀ ਹੈ ਕੁਛ, ਇਹ ਲੋਕ ਮੈਨੂੰ ਮੇਰਾ ਟੈਸਟ ਲੈਣਗੇ, ਜਿਨ੍ਹਾਂ ਨੂੰ ਖੁਦ ਨਹੀਂ ਪਤਾ
ਓਏ ਮੈਨੂੰ ਪੁੱਛੋ ਤਾਂ ਸਹੀ ਕੀ ਹੈ। ਅੱਜ ਮੈਨੂੰ ਹਜ਼ਾਰਾਂ ਫੋਨ ਆਏ ਨੇ, ਤੂੰ ਡਰ ਗਿਆ ਹੈ, ਤੂੰ ਮਰ ਗਿਆ ਹੈ। ਇੱਕ ਇੱਕ ਬੰਦੇ ਨੂੰ ਮੈਂ ਨਹੀਂ ਸੀ ਦੱਸ ਸਕਦਾ। ਇਹ ਵੀਡੀਓ ਜਿਹੜੀ ਮੈਂ ਤਾਂ ਪਾਈ ਹੈ, ਸਾਰਿਆਂ ਨੂੰ ਇਹ ਪਤਾ ਲੱਗ ਰਿਹਾ ਕਿ ਆਖਿਰ ਕਹਾਣੀ ਕੀ ਸੀਗੀ। ਇੱਕ ਨੌਨ ਕ੍ਰਿਸਚਨ ਬੰਦਾ, ਇੱਕ ਮਸੀਹ ਬੰਦੇ ਨੇ ਮੈਨੂੰ ਪੜਾਇਆ ਹੈ। ਨੌਨ ਕ੍ਰਿਸਚਨ ਬੰਦਾ ਜਿਹੜਾ, ਉਹ ਫੋਨ ਕਰਕੇ ਕਹਿੰਦਾ ਮੈਂ ਅੱਧੇ ਘੰਟੇ ਤੱਕ ਤੇਰੇ ਕੋਲ ਆ ਜਾਵਾਂਗਾ। ਭਾਈ ਥੋਮਸ, ਭਾਈ ਬਲਕਾਰ, ਪ੍ਰੇਮ ਭਾਜੀ, ਇਹ ਜਿਹੜੇ ਪਾਸਟਰ ਸਹਿਮ ਜੀ, ਮੈਂ ਇਹਨਾਂ ਦਾ ਧੰਨਵਾਦ ਕਰਦਾ। ਮੈਂ ਇਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਆ, ਜਿਹੜੇ ਮੇਰੇ ਨਾਲ ਉੱਥੇ ਖੜੇ ਰਹੇ ਨੇ। ਉਹ ਖੁਦਾ ਦੇ ਲੋਕੋ, ਮੇਰੇ ਤੇ ਤਰਸ ਕਰਦਾ, ਮੈਨੂੰ ਕੋਈ ਦੁੱਖ ਨਹੀਂ। ਪਰ ਮੇਰੇ ਬੱਚਿਆਂ ਨੂੰ ਰੋਇਆ ਰੇ, ਮੇਰੀ ਘਰਦੀ ਨੂੰ ਰੋਇਆ ਰੇ, ਐਨਾ ਲੇਖਾ ਰੱਬ ਲੈ ਗਿਆ। ਮੈਂ ਕੀ ਕੀਤਾ ਰੋਜਿਆ, ਇੱਕ ਗਿਆਨੀ ਬੰਦਾ ਮੇਰੇ ਕੋਲ ਆਇਆ ਸੀਗਾ, ਉਹਦੇ ਖਿਆਲ ਬੜੇ ਵਧੀਆ ਨੇ, ਗਿਆਨੀ ਬੂਟਾ ਸਿੰਘ ਜੀ। ਅਸੀਂ ਆਪਸ ਚ ਬੈਠੇ ਸੀਗੇ, ਕਹਿੰਦੇ ਪਬਲਿਕ ਪਲੇਸ ਤੇ ਤੁਸੀਂ ਡਿਬੇਟ ਕਰਦੇ ਪਏ ਜੇ, ਡਿਬੇਟ ਦੀ ਕੋਈ ਵੀਡੀਓ ਨਹੀਂ, ਕੋਈ ਕੁਝ ਨਹੀਂ। ਕਹਿੰਦੇ ਪਬਲਿਕ ਪਲੇਸ ਤੇ ਤੁਸੀਂ ਬੈਠੇ ਜੇ, ਪਬਲਿਕ ਪਲੇਸ ਤੇ ਬਲਾਤਕਾਰ ਹੋ ਸਕਦਾ ਹੈ, ਪਬਲਿਕ ਪਲੇਸ ਤੇ ਨਸ਼ਾ ਵੇਚ ਸਕਦਾ ਹੈ, ਪਬਲਿਕ ਪਲੇਸ ਤੇ ਕਤਲ ਹੋ ਸਕਦਾ ਹੈ, ਤੇ ਪਬਲਿਕ ਪਲੇਸ ਤੇ ਇੱਕ ਸਿੱਖ ਇੱਕ ਪਾਸਟਰ ਨਾਲ ਬਹਿ ਗਿਆ ਤੇ ਕੀ ਹਾਲਤ ਆ ਗਈ ਹੈ। ਉਹ ਖੁਦਾ ਦੇ ਲੋਕੋ, ਮੈਂ ਵੀਡੀਓ ਇਸ ਲਈ ਨਹੀਂ ਪਾਈ ਕਿ ਮੈਂ ਡਰ ਗਿਆ ਵਾ, ਮੈਂ ਇਸ ਲਈ ਵੀਡੀਓ ਪਾਈ ਹੈ, ਮੈਂ ਪਾਸਟਰ ਆ, ਮੈਂ ਰੱਬ ਦਾ ਕੰਮ ਕਰਦਾ। ਦੋ ਦਿਨ ਹੋ ਗਏ ਨੇ ਮੈਂ ਰੋਟੀ ਨਹੀਂ ਖਾਧੀ, ਮੈਨੂੰ ਨੀਂਦ ਨਹੀਂ ਆ ਰਹੀ, ਐਵੇਂ ਤੈਨੂੰ ਪੁੱਛਦੇ ਪੈਣ, ਮੈਂ ਪਾਸਟਰ ਆ ਜਾਂ ਨਹੀਂ ਆ। ਜਿਹੜਾ ਮਰਜ਼ੀ ਪ੍ਰੋਫੈਸਰ, ਸਕਾਲਰ, ਜਿਹੜਾ ਮਰਜ਼ੀ ਆ ਕੇ ਮੇਰੇ ਕੋਲ ਬਹਿ ਜਾਵੋ, ਮੈਂ ਸਫ਼ਰ ਕਰਦਾਗਾ। ਮੈਂ ਦੱਬਦਾ ਵਾ ਕਿ ਜਗਦਾ ਵਾ, ਲੋਕਾਂ ਨੇ ਮੈਨੂੰ ਗਾਲਾਂ ਕੱਢੀਆਂ, ਮੈਨੂੰ ਕੋਈ ਦੁੱਖ ਨਹੀਂ ਹੈ, ਲੋਕਾਂ ਨੇ ਕਮੈਂਟ ਕੀਤਾ ਮੈਨੂੰ ਕੋਈ ਦੁੱਖ ਨਹੀਂ ਹੈ। ਮੈਂ ਉਹਨਾਂ ਨੂੰ ਕਹਿਣਾ, ਤੁਸੀਂ ਮੇਰੀ ਭੈਣ ਨੂੰ, ਧੀ ਨੂੰ, ਮੇਰੀ ਤੂੰ ਮੇਰੀ ਕਾਪੀ ਨੂੰ ਚੱਕ ਕੇ ਵੀ ਲੈ ਗਿਆ, ਮਸੀਹ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ ਜੇ, ਕੋਈ ਫਰਕ ਨਹੀਂ ਪੈਣਾ ਜੇ। ਮੈਂ ਪਾਸਟਰ ਆ, ਮੈਂ ਰੱਬ ਨੂੰ ਪਿਆਰ ਕਰਦਾ ਵਾ, ਮੈਂ ਰੱਬ ਦੀ ਵਸਲੀ ਤਿਆਰ ਆ, ਮੈਂ ਸਿੱਖ ਭਾਈਚਾਰੇ ਤੋਂ ਮਾਫੀ ਚਾਹੁੰਦਾ ਵਾ ਜੇ ਮੈਂ ਉਹਨਾਂ ਦੇ ਬਾਰੇ ਕੁਝ ਬੋਲਦਾ ਰਿਹਾ ਵਾ ਤਾਂ। ਔਰ ਮੈਂ ਮਿਹਨਤ ਕਰਦਾ ਵਾ, ਮੈਂ ਪ੍ਰਚਾਰ ਤੋਂ ਬਿਨਾਂ ਨਹੀਂ ਰਹਿ ਸਕਦਾ, ਮੈਨੂੰ ਪ੍ਰਚਾਰ ਕਰਨ ਦੀ ਆਗਿਆ ਦਿੱਤੀ ਜਾ, ਆਗਿਆ ਦੇ ਦੇ, ਮੈਂ ਸਿੱਖ ਭਾਈਚਾਰੇ ਤੋਂ ਮੰਗਦਾ ਵਾ। ਔਰ ਖੁਦਾ ਦੇ ਲੋਕੋ, ਮੈਂ ਆਵਾਜ਼ ਚੱਕੀ, ਮੈਂ ਮਰਦਾ, ਮੈਨੂੰ ਮਾਫ਼ ਕਰ ਦਿਓ। ਮੈਂ ਕੌਮ ਲਈ ਆਵਾਜ਼ ਚੱਕੀ, ਮੈਨੂੰ ਮਾਫ਼ ਕਰ ਦਿਓ। ਪਰ ਮੇਰੇ ਤੋਂ ਪ੍ਰਚਾਰ ਦਾ ਅਕੜਾ ਹੋਇਆ ਜੇ, ਮੈਂ ਪ੍ਰਚਾਰ ਮੈਂ ਪ੍ਰਚਾਰਕਾ, ਮੈਂ ਕਿਸੇ ਤੋਂ ਪੈਸੇ ਨਹੀਂ ਲਏ ਕਦੀ ਦੁਆ ਕਰਨ ਦੇ, ਮੈਂ ਕਦੀ ਕਿਸੇ ਨੂੰ ਧੋਖਾ ਨਹੀਂ ਦਿੱਤਾ ਜੇ, ਮੇਰੇ ਤੇ ਕੋਈ ਅਪਾਚਾਰ ਨਹੀਂ ਗੀ, ਮੈਂ ਕੋਈ ਵੀ ਫਰੋਡ ਨਹੀਂ ਕੀਤਾ। ਟੈਸ ਲੈ ਲਵੋ, ਜੇਕਰ ਮੈਂ ਉਹਦੇ ਕੁਝ ਕੀਤਾ ਹੈ, ਮੈਨੂੰ ਤੱਟ ਚ ਲੈ ਲਓ, ਮੇਰੇ ਤੇ ਕਾਰਵਾਈ ਕਰ ਦਵੋ, ਜੇ ਤੁਹਾਨੂੰ ਲੱਗਦਾ ਹੈ ਮੇਰਾ ਚਰਚ ਬੰਦ ਕਰ ਦਵੋ। ਪਰ ਮੈਂ ਮਾਫੀ ਮੰਗਦਾ ਵਾ, ਮੈਨੂੰ ਪ੍ਰਚਾਰ ਕਰਨ ਦਾ ਟਾਈਮ ਜ਼ਰੂਰ ਦਿੱਤਾ ਜਾਏ ਕਰੇ, ਮੇਰੇ ਪ੍ਰਚਾਰ ਨੂੰ ਵਿੱਚ ਨਾ ਰੱਖੋ, ਜੇ ਮੇਰੇ ਤੋਂ ਪ੍ਰਚਾਰ ਗਿਆ ਚਲਾ, ਮੈਂ ਜੋੜ ਨਹੀਂ ਸਕਦਾ। ਜੇ ਮੈਂ ਫਿਰ ਵੀ ਪ੍ਰਸ਼ਾਸਨ ਨੂੰ, ਜੇ ਮੈਂ ਕੋਈ ਵੀ ਮਸੀਹ ਭਾਈਚਾਰੇ ਦੇ ਖਿਲਾਫ਼ ਬੋਲਿਆ ਹੈ,
ਮੈਨੂੰ ਮਾਫ ਕਰ ਦੋ ਔਰ ਸਾਰੇ ਇੱਥੋਂ ਦੇ ਫਿਰੋਜ਼ਪੁਰ ਦੇ ਲੋਕਾਂ ਨੂੰ ਪੁੱਛਿਆ ਜ਼ਰੂਰ ਕਿ ਧਰਨਾ ਕਿਉਂ ਨਹੀਂ ਲੱਗਾ, ਕਿ ਇਕੱਲਾ ਯਸੂ ਇਹ ਜਿਹੜਾ ਜਾ ਬੋਲਦਾ ਹੈ, ਇੱਥੋਂ ਦੀ ਲੀਡਰਸ਼ਿਪ ਨੇ, ਇੱਥੋਂ ਦੇ ਪਾਸਟਰ ਸਾਹਿਬਾਨਾਂ ਨੇ, ਇੱਥੋਂ ਦੀ ਐਸੋਸੀਏਸ਼ਨਾਂ ਨੇ ਮੇਰੇ ਤੇ ਕੱਟ ਕੇ ਦਬਾਅ ਪਾਇਆ ਹੈ, ਮੇਰੇ ਤੋਂ ਵੀਡੀਓ ਡਿਲੀਟ ਕਰਵਾਈ ਹੈ, ਮੇਰੇ ਤੋਂ ਲਿਖਵਾਇਆ ਗਿਆ ਹੈ ਕਿ ਤੂੰ ਵੀਡੀਓ ਨਹੀਂ ਦੁਬਾਰਾ ਕੋਈ ਪਾਣੀ ਭੜਕਾਉਣ ਵਾਲੀ। ਮੈਂ ਬੇਨਤੀ ਕਰਦਾ ਮੇਰਾ ਫੋਨ ਚੈੱਕ ਕੀਤਾ ਜਾਏ, ਮੇਰਾ ਪੇਜ ਚੈੱਕ ਕੀਤਾ ਜਾਏ, ਆਖਰ ਮੈਂ ਕਿਹੜੇ ਭੜਕਾਊ ਭਾਜਨ ਦਿੱਤੇ ਨੇ। ਔਰ ਰੱਬ ਦੇ ਲੋਕੋ, ਮੈਂ ਕਦੀ ਬਹਿ ਕੇ ਨਹੀਂ ਪ੍ਰਚਾਰ ਕੀਤਾ, ਕਦੀ ਹੌਲੀ ਨਹੀਂ ਬੈਠਾ, ਮੇਰੇ ਜਿੰਨੇ ਮਰਜ਼ੀ ਪ੍ਰਚਾਰ ਸੁਣ ਲਓ, ਪਰ ਅੱਜ ਮੈਂ ਬਹਿ ਕੇ ਭੀਕ ਮੰਗਦਾ ਵਾ, ਮੈਂ ਮਾਫੀ ਮੰਗਦਾ ਵਾ, ਮੈਂ ਡਰ ਗਿਆ ਪਰ ਮੇਰੇ ਤੋਂ ਪ੍ਰਚਾਰ ਕਰਦਾ ਕਰ।